ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਾਂਗ ਅਜਨਾਲਾ ਦੇ ਵੱਖ-ਵੱਖ ਪੁਲਿਸ ਨਾਕਿਆਂ 'ਤੇ ਪਹੁੰਚੀ ਮੈਡੀਕਲ ਟੀਮ ਵੱਲੋਂ ਡਿਊਟੀ ਦੇ ਰਹੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਕੋਰੋਨਾ ਵਾਇਰਸ ਤੋਂ ਦੂਰ ਰੱਖਿਆ ਜਾ ਸਕੇ। ਇਸ ਮੌਕੇ SHO ਅਜਨਾਲਾ ਸਤੀਸ਼ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਵੱਖ-ਵੱਖ ਨਾਕਿਆਂ 'ਤੇ ਡਿਊਟੀ ਉੱਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਹੈ ਤਾਂ ਜੋ ਉਹ ਕਿਸੇ ਇਹੋ ਜਿਹੇ ਭਿਆਨਕ ਬਿਮਾਰੀ ਦਾ ਸ਼ਿਕਾਰ ਨਾ ਹੋ ਸਕਣ ਅਤੇ ਇਸ ਨੂੰ ਵਧੀਆ ਤਰੀਕੇ ਨਾਲ ਰੋਕਿਆ ਜਾ ਸਕੇ। ਮੈਡੀਕਲ ਦੀ ਟੀਮ ਇਸ ਲਈ ਬੁਲਾਈ ਗਈ ਆ ਕਿ ਕਰੋਨਾ ਵਾਇਰਸ ਦੇ ਸੰਬੰਧ ਵਿੱਚ ਮੁਲਾਜ਼ਮਾਂ ਦੀ ਸਿਹਤ ਦਾ ਖਿਆਲ ਰੱਖਣੇ ਮਾਨਯੋਗ SSP ਸਾਹਿਬ ਅਤੇ DC ਸਾਹਿਬ ਅਤੇ ਹੋਰ ਅਫਸਰਾਂ ਉੱਚ ਅਫਸਰਾਂ ਵਾਲਿਆਂ ਦੇ ਹੁਕਮ ਅਨੁਸਾਰ ਇਹਨਾਂ ਦੀ ਸਿਹਤ ਸੰਭਾਲ ਜੋ ਵੀ ਰੱਖਣੀ ਵੀ ਜ਼ਰੂਰੀ ਕਿਉਂਕਿ ਜੋ ਲੋਕਾਂ ਦੀ ਸੇਵਾ ਵਿੱਚ ਪੂਰਾ ਨਾਕਾ ਲਾ ਕੇ ਸਾਡੇ ਪਰਮਾਨੈਂਟ ਕਿਹੜੇ ਡਿਊਟੀ ਕਰ ਰਹੇ ਇਹਨਾਂ ਦੀ ਦੇਖ ਰੇਖ ਇਹਨਾਂ ਦਾ ਸਰੀਰ ਦੀ ਜਾਂਚ ਕਰਵਾਉਣ ਕੇ ਇਹਨਾਂ ਨੂੰ ਕੋਈ ਪ੍ਰੋਬਲਮ ਜਾਂ ਕਿਸ ਤਰ੍ਹਾਂ ਦੀ ਕੋਈ ਅਭਿਨਵੀ ਜਾਂ ਬਿਮਾਰੀ ਕੋਈ ਹੋਵੇ ਇਹਨਾਂ ਦੀ ਕਹਿੰਦਾ ਪਰਿਵਾਰ ਦੀ ਕਿਸ ਤਰ੍ਹਾਂ ਦੀ ਸਹਾਇਤਾ ਜੀ ਕਰ ਰਹੇ ਸੇਵਾ ਨਿਭਾ ਰਹੇ ਅਤੇ ਇਹ ਵੀ ਸੇਵਾ ਆਪਣੀ ਸਿਹਤ ਦਾ ਵੀ ਪੂਰੀ ਤਰ੍ਹਾਂ ਖਿਆਲ ਰੱਖਣ ਅਤੇ ਜੋ ਵੀ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਲਵਾ ਸਕੇ। ਹਾਂਜੀ ਹਾਂਜੀ ਬਿਲਕੁਲ ਜੀ, ਰੋਜ਼ਾਨਾ ਟਾਈਮ ਦੇ ਟਾਈਮ ਇਹਨਾਂ ਨੂੰ ਸੱਦਿਆ ਜਾਵੇ। ਵੱਖਰੀ ਵੱਖਰੀ ਟੀਮਾਂ ਨੂੰ ਮਾਨਯੋਗ SSP ਸਾਹਿਬ ਨੇ ਵੱਖਰੀਆਂ ਵੱਖਰੀਆਂ ਜ਼ਿਲ੍ਹੇ ਦੇ ਵਿੱਚ ਟੀਮਾਂ ਬਣਾਈਆਂ, ਹਰ ਨਾਕਾ ਜੋ ਜ਼ਿਲ੍ਹੇ ਵਿੱਚ ਲੱਗਾ ਹਰ ਥਾਣੇ ਦੇ ਵਿੱਚ ਜਿਸ ਤਰ੍ਹਾਂ ਵੀ ਉਹਨਾਂ ਨੇ ਹਦਾਇਤਾਂ ਦਿੱਤੀਆਂ ਵੀ ਰੋਜ਼ਾਨਾ ਨੂੰ ਚੈਕਅਪ ਕੀਤੀ ਜਾਵੇ ਨਾਕੇ ਦੀਆਂ ਵੱਖੋ ਸਾਰੇ ਥਾਣੇ 'ਚ ਮੁਲਾਜ਼ਮ ਉਹਨਾਂ ਦੀਆਂ ਹੋਰ ਵੀ ਜਿਹੜਾ ਸਟਾਫ ਆਪਣੇ ਨਾਲ ਜਾਂ ਸੇਵਾ ਕਰ ਰਿਹਾ ਉਹਨਾਂ ਦੀ। ਹਾਂ ਹੁਣ ਤੱਕ ਤਾਂ ਸਭ ਠੀਕ ਪਾਇਆ ਗਿਆ, ਜਿੰਨੇ ਜਿੰਨੇ ਨਾਕੇ ਉਹਨਾਂ ਦੇ ਕੇਸ ਠੀਕ ਸੁਰੱਖਿਆ ਆਪਣੇ ਪੂਰੀ। ਉੱਧਰ ਜੇ ਗੱਲ ਕਰੀਏ ਸਬਜ਼ੀ ਮੰਡੀ ਅਜਨਾਲਾ ਦੀ ਤਾਂ ਕੋਰੋਨਾ ਵਾਇਰਸ ਦੇ ਵੱਧਦੇ ਹੋਏ ਪ੍ਰਕੋਪ ਨੂੰ ਦੇਖਦੇ ਹੋਏ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੇ ਫੈਸਲਾ ਕੀਤਾ ਹੈ ਕਿ ਅਗਲੇ 3 ਦਿਨ ਸਬਜ਼ੀ ਮੰਡੀ ਬੰਦ ਰੱਖੀ ਜਾਵੇਗੀ। ਇਸ ਸੰਬੰਧੀ ਸਬਜ਼ੀ ਮੰਡੀ ਦੇ ਆਗੂ ਅਮਰਵੀਰ ਸਿੰਘ ਨੇ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਭੀੜ ਜ਼ਿਆਦਾ ਹੋ ਜਾਂਦੀ ਹੈ ਅਤੇ ਲੋਕ ਸੋਸ਼ਲ ਡਿਸਟੈਂਸ ਨਹੀਂ ਰੱਖ ਪਾਉਂਦੇ, ਇਸ ਲਈ ਅਜਨਾਲਾ ਦੀ ਸਬਜ਼ੀ ਮੰਡੀ ਨੂੰ 3 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਜੋ ਹਾਲਾਤ ਇਸ ਵਕਤ ਕੋਰੋਨਾ ਵਾਇਰਸ ਦੇ ਚੱਲ ਰਹੇ ਨੇ ਉਹ ਬਹੁਤ ਹੀ ਇੱਕ ਮਾੜੇ ਹਾਲਾਤ ਨੇ, ਕਿਉਂਕਿ ਇਹ ਜਿਹੜੀ ਬਿਮਾਰੀ ਆ ਇੱਕ ਬੰਦੇ ਤੋਂ ਦੂਸਰੇ ਬੰਦੇ ਨੂੰ ਹੋ ਰਹੀ ਆ। ਸੋ ਇੱਥੇ ਮੰਡੀ ਦੇ ਵਿੱਚ ਬਹੁਤ ਭੀੜ ਭੜੱਕਾ ਹੋ ਜਾਂਦਾ ਸਵੇਰੇ ਸਵੇਰੇ, ਇਸ ਕਰਕੇ ਅੱਜ ਅਸੀਂ ਸਮੂਹ ਸਬਜ਼ੀ ਮੰਡੀ ਆੜ੍ਹਤੀਆਂ ਨੇ ਇੱਕ ਫੈਸਲਾ ਲਿਆ ਜਿਹੜਾ ਕਿ ਪਬਲਿਕ ਦੇ ਹੱਕ ਵਿੱਚ ਆ। ਇਸ ਭੀੜ ਭੜੱਕੇ ਨੂੰ ਰੋਕਣ ਵਾਸਤੇ 3 ਦਿਨ ਵਾਸਤੇ ਸਬਜ਼ੀ ਮੰਡੀ ਅਜਨਾਲਾ ਬੰਦ ਕੀਤੀ ਜਾਂਦੀ ਆ ਤਾਂ ਕਿ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਸਰਕਾਰ ਦਾ ਇਸ ਔਖੀ ਘੜੀ ਦੇ ਵਿੱਚ ਸਾਥ ਦਿੱਤਾ ਜਾਵੇ। ਲੋਕਾਂ ਦੇ ਭਲੇ ਵਾਸਤੇ ਹੀ ਇਹ ਕਦਮ ਉਠਾਇਆ ਗਿਆ, ਅਸੀਂ ਫੈਸਲਾ ਕੀਤਾ ਕਿ 3 ਦਿਨ ਵਾਸਤੇ ਸਬਜ਼ੀ ਮੰਡੀ ਅਜਨਾਲਾ ਬੰਦ ਕੀਤੀ ਜਾਵੇ।